ਦੀ ਮੱਤ ਤੋਂ ਦੂਰ ਭੈਣ ਭਰਾ ਆ ਤੁਸੀਂ ਵੇਖੋ ਹੈਰਾਨ ਹੋ ਜਾਈਦਾ ਗੁਰਦੁਆਰੇ ਮੱਥਾ ਟੇਕਣ ਆਉਣ ਵਾਲੇ ਭੈਣ ਭਰਾਵਾਂ ਦੀ ਮਾਨਸਿਕਤਾ ਨੂੰ ਵੇਖ ਕੇ। ਗੁਰਦੁਆਰੇ ਤੇ ਆਉਣਾ ਸੀ, ਗੁਰੂ ਦੁਬਾਰਾ ਹੋਏ ਸੋਝੀ ਪਾਏ ਸੀ, ਅਕਲ ਲੈਣੀ ਸੀ ਅਸੀਂ। ਹਾਰ ਪਰਿਓ ਸਵਾਮੀ ਕਿਆ ਦੁਬਾਰਾ ਦੀਜੇ ਬੁੱਧ ਵਿਵੇਕਾ, ਇੱਥੇ ਤੇ ਮੱਥਾ ਟੇਕ ਕੇ ਗੁਰੂ ਦੀ ਬਾਣੀ ਵਿਚਾਰ ਕੇ ਵਿਵੇਕ ਬੁੱਧ ਚੰਗੀ ਮੱਤ ਸਾਨੂੰ ਆ ਜਾਣੀ ਚਾਹੀਦੀ ਸੀ। ਪਰ ਰੋਜ਼ਾਨਾ ਗੁਰਦੁਆਰੇ ਮੱਥਾ ਟੇਕਣ ਵਾਲੇ ਭੈਣ ਭਰਾ ਵੀ ਮਨਮਤ ਕਰਦੇ ਵੇਖੇ ਜਾਂਦੇ ਨੇ। ਆ ਤੁਸੀਂ ਵੇਖੋ ਚਰਨ ਕੁੰਡ ਬਣਿਆ ਹੁੰਦਾ ਗੁਰੂ ਦੇ ਦਰਬਾਰ ਸਾਹਿਬ ਚ ਵੜਨ ਤੋਂ ਪਹਿਲਾਂ, ਉਹ ਕਾਹਦੇ ਲਈ ਹੈ? ਗੰਦੇ ਪੈਰ ਧੋਣ ਦੇ ਲਈ ਆ। ਕਿਸੇ ਦੇ ਪੈਰ ਨੂੰ ਗੋਹਾ ਲੱਗਿਆ, ਕਿਸੇ ਨੇ ਜਰਾਬਾਂ 5-7 ਦਿਨਾਂ ਬਾਅਦ ਲਾਈਆਂ, ਕਿਸੇ ਦੇ ਪੈਰ ਨੂੰ ਮਿੱਟੀ ਘੱਟਾ ਲੱਗਿਆ, ਕਿਸੇ ਦੇ 60 ਫਿੱਟ ਲੱਗੀ ਆ, ਆਪਦੇ ਪੈਰ ਚੰਗੀ ਤਰ੍ਹਾਂ ਗੰਦਗੀ ਪੈਰਾਂ ਦੀ ਚਰਨ ਕੁੰਡ ਵਿੱਚ ਧੋ ਕੇ ਫਿਰ ਬੰਦਾ ਗੁਰੂ ਦੇ ਦਰਬਾਰ 'ਚ ਆਉਂਦਾ। ਅਗਿਆਨਤਾ ਬਸ ਕਈ ਲੋਕ ਉਸ ਚਰਨ ਕੁੰਡ ਦੇ ਗੰਦੇ ਪਾਣੀ ਨੂੰ ਚੂਲੀਆਂ ਭਰ ਭਰ ਪੀਂਦੇ ਆ, ਤੇ ਕਿਸੇ ਨੂੰ ਰੋਕੋ ਵੀ ਭਾਈ ਇਹ ਗੰਦਾ ਪਾਣੀ ਕਾਹਤੋਂ ਪੀਣਾ, ਤੇ ਅੱਗੇ ਜਵਾਬ ਦੇਣਗੇ ਲੈ ਇਹ ਤਾਂ ਸਾਡੀ ਸ਼ਰਧਾ ਭਾਈ। ਤੇ ਮੈਂ ਤਾਂ ਕਹਿਣਾ ਨਾ ਸ਼ਰਧਾ ਮੇਰੇ ਬੰਨੂ ਤਾਂ ਭਾਵੇਂ ਡੋਲੂ ਭਰ ਕੇ ਚਰਨ ਕੁੰਡ ਵਾਲੇ ਗੰਦੇ ਪਾਣੀ ਦਾ ਘਰੇ ਲਿਆ ਜਾ, ਸਾਰਾ ਟੱਬਰ ਚਾਹ ਵੀ ਇਹਦੀ ਬਣਾ ਕੇ ਪੀ ਲਿਓ। ਇਹ ਕਾਹਦੀ ਸ਼ਰਧਾ? ਗੰਦਾ ਪਾਣੀ ਪੀਣਾ ਥੋੜੀ ਸ਼ਰਧਾ। ਸ਼ਰਧਾ ਰੱਖੋ ਗੁਰੂ ਦੀ ਵਿਚਾਰ ਤੇ ਗੁਰੂ ਦੀ ਬਾਣੀ ਤੇ। ਹੁਣ ਇਸੇ ਸ਼ਰਧਾ ਨੂੰ ਆਧਾਰ ਬਣਾ ਕੇ ਬਾਬਿਆਂ ਨੇ ਇੰਨਾ ਲੁੱਟਿਆ, ਸਾਡਾ ਮਾਨਸਿਕ ਪੱਧਰ ਤੇ ਦੁਬਾਲਾ ਕੱਢ ਕੇ ਰੱਖਤਾ ਇਹਨਾਂ ਲੋਕਾਂ ਨੇ। ਆ ਤੁਸੀਂ ਵੇਖੋ ਇੱਕ ਵੀਡੀਓ ਮੇਰੇ ਮਿੱਤਰ ਨੇ ਮੈਨੂੰ ਸੈਂਡ ਕੀਤੀ। ਉਹ ਇੱਕ ਚਿੱਟ ਕੱਪੜੀਆ ਸਾਧ ਆ ਜਿਹੜਾ, ਉਹ ਇੱਕ ਸੋਫੇ ਤੇ ਬੈਠਾ, ਉਹਨੇ ਪੈਰ ਲਮਕਾਏ ਹੋਏ ਆ, ਉਹਦੇ ਪੈਰਾਂ ਦੇ ਥੱਲੇ ਬੀਬੀਆਂ ਨੇ ਇੱਕ ਤਸਲਾ ਰੱਖਿਆ ਹੋਇਆ, ਬੱਠਲ ਰੱਖਿਆ ਹੋਇਆ, ਤੇ ਉਹਦੇ ਪੈਰਾਂ ਤੇ ਉਹ ਬੀਬੀਆਂ ਪਾਣੀ ਪਾਉਂਦੀਆਂ ਨੇ, ਸਾਧ ਦੇ ਪੈਰਾਂ ਤੇ ਪਾਣੀ ਪਾਉਂਦੀਆਂ ਨੇ। ਹੁਣ ਪਤਾ ਨਹੀਂ ਉਹ ਸਾਧ ਨੇ 15 ਦਿਨਾਂ ਬਾਅਦ ਜਰਾਬਾਂ ਲਾਈਆਂ ਹੋਣ, ਪਤਾ ਨਹੀਂ 20 ਦਿਨਾਂ ਬਾਅਦ ਜਰਾਬਾਂ ਲਾਈਆਂ ਹੋਣ, ਉਹ ਨਹਾਉਂਦਾ ਜਾਂ ਨਹੀਂ ਨਹਾਉਂਦਾ ਰੱਬ ਜਾਣਦਾ, ਪਤਾ ਨਹੀਂ ਕੀ ਉਹ ਬਿਮਾਰੀ ਪਈ ਹੋਵੇ ਉਹ ਸਾਧ ਨੂੰ। ਉਹ ਸਾਧ ਦੇ ਪੈਰਾਂ ਤੇ ਬੀਬੀਆਂ ਪਾਣੀ ਪਾਉਂਦੀਆਂ ਨੇ, ਉਹਦੇ ਪੈਰਾਂ ਨਾਲ ਟੱਚ ਹੋਇਆ ਵਾ ਪਾਣੀ, ਉਹ ਜਦੋਂ ਥੱਲੇ ਡਲਦਾ ਉਸ ਬੱਠਲ ਦੇ ਵਿੱਚੋਂ, ਤੇ ਉਹ ਬੱਠਲ ਵਾਲਾ ਪਾਣੀ ਸਾਧ ਦੇ ਪੈਰਾਂ ਨੂੰ ਧੋਣ ਤੋਂ ਬਾਅਦ, ਸਾਧ ਦੇ ਪੈਰਾਂ ਵਾਲਾ ਪਾਣੀ ਉਹ ਬੀਬੀਆਂ ਚੂਲੀ ਭਰ ਭਰ ਉਸ ਬੱਠਲ 'ਚੋਂ ਪੀਂਦੀਆਂ ਨੇ। ਵੀਡੀਓ 'ਚ ਵੇਖਿਆ ਤੇ ਵੀਡੀਓ ਵੇਖ ਕੇ ਮੈਂ ਹੈਰਾਨ ਹੋ ਗਿਆ ਵੀ ਇਹ ਬਾਬੇ ਦੇ ਪੈਰਾਂ 'ਚ ਕਿਹੜਾ RO ਸਿਸਟਮ ਲੱਗਿਆ ਹੋਇਆ ਜਿਹੜਾ ਪਾਣੀ ਫਿਲਟਰ ਹੋ ਥੱਲੇ ਜਾਂਦਾ ਤੇ ਬੀਬੀਆਂ ਐਂ ਮਰ ਮਰ ਪੀਂਦੀਆਂ ਨੇ ਉਹਨੂੰ। ਅਸਲ ਕਾਰਨ ਕੀ ਹੈ? ਮਨਮਤ। ਗੁਰੂ ਦੀ ਵਿਚਾਰ ਨਾਲ ਟੁੱਟ ਕੇ ਅਸੀਂ ਬੰਦਿਆਂ ਦੇ ਸਿੱਖ ਬਣ ਗਏ ਤੇ ਅਸੀਂ ਲੁੱਟੇ ਜਾ ਰਹੇ ਹਾਂ। ਸਾਡੀਆਂ ਔਰਤਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੀਆਂ ਧੀਆਂ ਨੂੰ, ਸਾਡੀਆਂ ਚਾਚੀਆਂ ਮਾਸੀਆਂ ਤਾਈਆਂ ਨੂੰ ਆ ਦੁੱਕੀ ਦੇ ਸਾਧ ਆਪਦੇ ਪੈਰਾਂ ਵਾਲਾ ਪਾਣੀ ਪਿਆਈ ਜਾਂਦੇ ਆ ਤੇ ਅਸੀਂ ਚੁੱਪ ਕਰੇ ਬੈਠੇ ਹਾਂ ਕਿਉਂਕਿ ਅਸੀਂ ਬਾਣੀ ਤੋਂ ਟੁੱਟ ਗਏ, ਗੁਰੂ ਦੀ ਵਿਚਾਰ ਤੋਂ ਟੁੱਟ ਗਏ। ਇੱਕ ਉਹ ਸਾਧ ਤੁਸੀਂ ਵੇਖੀ ਹੋਏਗੀ ਵੀਡੀਓ, ਉਹ ਘਰੇ ਕਿਸੇ ਦੀ ਬਜ਼ੁਰਗ ਮਾਂ ਹੋਵੇ ਨਾ, ਸੱਸ ਹੋਵੇ, ਉਹ ਕਹਦੇ ਵੀ ਧੀਏ ਅੱਜ ਮੇਰੀਆਂ ਲੱਤਾਂ ਦੁਖਦੀਆਂ, ਬੁਖਾਰ ਚੜਿਆ ਹੋਇਆ, ਮੇਰੀਆਂ ਲੱਤਾਂ ਘੁੱਟ ਦੇ, ਤੇ ਨੂੰਹਾਂ ਐਨ ਮੱਥੇ ਤਿਉੜੀਆਂ ਪਾ ਕੇ ਵੱਡੀਆਂ ਵੱਡੀਆਂ ਅੱਖਾਂ ਡੇਲੇ ਕੱਢ ਕੇ ਡਰਾਉਂਦੀਆਂ, ਲੈ ਬੁੜਗੇ ਤੇਰੀਆਂ ਲੱਤਾਂ ਘੁੱਟਾਂ, ਮੇਰਾ ਜੀ ਕਰਦਾ ਤੇਰਾ ਮੈਂ ਗਲ ਘੁੱਟ ਕੇ ਕੰਮ ਨਿਬੇੜਾਂ। ਬਜ਼ੁਰਗ ਮਾਂ ਦੀਆਂ ਲੱਤਾਂ ਨਹੀਂ ਘੁੱਟੀਆਂ, ਇੱਕ ਉਹ ਸਾਧ ਐਨ ਆਫਰਿਆ ਹੋਇਆ ਸਾਧ ਬੈਠਾ ਤੇ ਉਹਦੀ ਪੀਂਗ ਪਾਈ ਹੋਈ ਆ ਤੇ ਬੀਬੀਆਂ ਝੂਟੇ ਮਾਟੇ ਦੇ ਰਹੀਆਂ ਉਹ ਸਾਧ ਨੂੰ। ਆਹ ਹਾਲਾਤ ਨੇ, ਉਹ ਬੀਬੀਆਂ ਵਿਹਲੜ ਸਾਧ ਨੂੰ ਝੂਟੇ ਮਾਟੇ ਤੇ ਇਹ ਸਾਧ ਦੇ ਬਾਬੇ ਮਸਟੰਡੇ, ਫਿਰ ਜਦੋਂ ਅਜਿਹੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਨੇ ਤੇ ਫਿਰ ਰੌਲਾ ਪਾਉਂਦੇ ਆ, ਫਲਾਨੇ ਬਾਬੇ ਨੇ ਆਹ ਚੰਨ ਚਾੜਦਾ, ਧਿਉਂਕੇ ਬਾਬੇ ਨੇ ਆਹ ਚੰਨ ਚਾੜਦਾ। ਜੋ ਇਹਨਾਂ ਦਾ ਖਹਿੜਾ ਛੱਡ ਕੇ ਗੁਰੂ ਦੀ ਵਿਚਾਰ ਨਾਲ ਜੁੜਾਂਗੇ। ਅਸਲ 'ਚ ਭਾਈ ਗੁਰਦਾਸ ਸਾਹਿਬ ਹੋਣਾ ਕਿਹਾ ਕਿ ਮਨਮੁਖ ਬੰਦੇ ਦੀ ਨਿਸ਼ਾਨੀ ਆ, ਸਤਿਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ।